ਕਿਉਂਕਿ ਪ੍ਰਵਾਸੀ ਆ ਗਏ ਜੀ ਸਾਈਕਲਾਂ ਤੇ, ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਸਾਡੇ ਕੋਲ ਫੇਰ ਐਕਟਿਵਾ ਹੈ। ਮੇਰੇ ਮਨ ਚ ਤੇ ਆ ਰਿਹਾ ਕਿ ਐਕਟਿਵਾ ਮੋਮਸ ਬ੍ਰਾਂਡ ਹੋਏਗਾ, ਬਾਕੀ ਜੋ ਰੱਬ ਨੂੰ ਚਾਹਿਆ ਹੋਏਗਾ ਉਹ ਹੋਏਗਾ। ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ, ਚਟਨੀਆਂ ਵਗੈਰਾ ਉਹੀ ਪੈਕ ਕਰਦਾ ਕਸਟਮਰ ਦੀ। ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ, 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਈਦਾ, ਫਿਰ 6 ਵਜੇ ਤੋਂ ਇੱਥੇ ਮੋਮੋਜ਼ ਦੀ ਰੇਹੜੀ ਲਾਉਂਦਾ। ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰ ਟਾਈਮ ਵਗੈਰਾ ਬੰਦ ਹੋ ਗਿਆ, ਥੋੜ੍ਹੀ ਇਨਕਮ ਘੱਟ ਗਈ ਅਤੇ ਸੋਚਿਆ ਕਿ ਇਨਕਮ ਘੱਟ ਗਈ ਅਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ, ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਕੰਮ ਕੋਈ। ਅਤੇ ਫਿਰ ਵਾਈਫ ਨਾਲ ਸਲਾਹ ਕੀਤੀ ਅਤੇ ਅਸੀਂ ਨੈੱਟ 'ਤੇ ਸਰਚ ਕੀਤਾ, ਫਿਰ ਸੋਚਿਆ ਕਿ ਮੋਮੋਜ਼ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ। ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਸਾਡੇ ਕੋਲ ਫੇਰ ਐਕਟਿਵਾ ਹੈ। ਬਹੁਤ ਵਧੀਆ ਸਪੋਰਟ ਜੇ, ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਕੁਰਕਰੇ ਮੋਮੋਜ਼ ਅਸੀਂ ਸਾਡੇ 3-4 ਤਰ੍ਹਾਂ ਦੇ ਹੈਗੇ ਮੋਮੋਜ਼, ਇੱਕ ਪਨੀਰ ਵਾਲੇ ਆ, ਇੱਕ ਕੁਰਕਰੇ ਆ ਤੇ ਇੱਕ ਵੈਜ ਆ, ਤੇ ਕੁਰਕਰੇ ਵਾਲੇ ਉਹੀ ਤਿਆਰ ਕਰਦਾ ਹੈ। ਅੱਗੇ ਤੇ ਅਸੀਂ ਫਿਲਹਾਲ ਕਾਰਟ ਲਾਵਾਂਗੇ, ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਕਿ ਅਸੀਂ ਹੋਰ ਜਗ੍ਹਾ ਤੇ ਵੀ ਕਾਰਡ ਲਗਾਈਏ, ਮਤਲਬ ਆਪਣਾ ਮਤਲਬ ਨਵੀਆਂ ਹੋਰ ਕਾਰਡ ਵਧਾ ਦਈਏ, ਕਾਰਡ ਦਾ ਮਤਲਬ ਕੰਮ ਨੂੰ ਵਧਾ। ਹਾਂਜੀ ਬ੍ਰਾਂਡ ਬਣਾਉਣਾ। ਹਾਂਜੀ 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 ਬ੍ਰਾਂਡ ਬਣਾਉਣਾ ਚਾਹੁੰਦੇ ਆ। ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਫਿਰ? ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੋਮੋਜ਼ ਬ੍ਰਾਂਡ ਹੋਏਗਾ, ਬਾਕੀ ਜੋ ਰੱਬ ਨੂੰ ਚਾਹਿਆ ਹੋਏਗਾ ਉਹ ਹੋਏਗਾ। ਮੇਰਾ ਨਾਮ ਅਕਾਸ਼ਦੀਪ ਸਿੰਘ ਜੀ, ਇੱਥੇ ਮੈਂ ਪਹਿਲਾਂ ਘਰੇ ਕੁਰਕਰੇ ਮੋਮੋਜ਼ ਬਣਾਉਣਾ ਦੇ ਬਾਰੇ ਇੱਥੇ ਆ ਕੇ ਫਿਰ ਪਾਪਾ ਦੇ ਨਾਲ ਹੈਲਪ ਕਰਾਉਣਾ। ਉਹਦੇ ਵਿੱਚ ਕੁਝ ਆਪਣੇ ਸੀਕਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਰੇ ਚ ਉਹਨਾਂ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲਾ ਦਿੰਦੇ। ਫਿਰ ਟਾਈਮ ਕੱਢ ਲੈਣੇ ਆ ਤੇ ਭਾਈ ਪੜਾਈ ਨਾਲ ਜਾਰੀ ਹੈ ਪੂਰੀ। ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ। ਬਹੁਤ ਵਧੀਆ ਬਣਾਉਂਦੇ ਭਾਈ, ਡੇਲੀ ਮਲਾਈਦਾ ਵਾ, ਸਬਜ਼ੀ ਲੈਣ ਆਈਦਾ ਤੇ ਫਿਰ ਇਹਨਾਂ ਕੋਲ ਲੰਘਦੇ ਖਾ ਜੀਦੇ ਆ, ਵਧੀਆ ਬਣਾਉਂਦੇ ਚੀਜ਼ ਤੇ ਉਦਾਂ ਦੇ ਬਹੁਤ ਵਧੀਆ ਜੀ। ਆਪਣੀ ਮਿਹਨਤ ਕਰਦੇ ਨੇ, ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ, ਠੀਕ ਹੈ ਜੀ, ਨਸ਼ੇ ਨਾ ਕਰੋ, ਮਤਲਬ ਲੋਕੀ ਨਸ਼ੇ ਜ਼ਿਆਦਾ ਭੱਜੇ ਕਰਦੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ, ਆਪਣਾ ਪਰਿਵਾਰ ਬਣਾਓ ਵਧੀਆ ਤਰੀਕੇ ਨਾਲ। ਕਿਵੇਂ ਜੀ ਵੇਖੋ ਆ ਸਿੱਖਿਆ ਉਹਨਾਂ ਨੇ ਸਭ ਕੁਛ, ਠੀਕ ਹੈ ਜੀ, ਪਹਿਲਾਂ ਸਿੱਖਿਆ ਵਾ ਫਿਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਵਾ, ਕੁਛ ਸੋਚਿਆ ਫਿਰ ਹੀ ਇਹਨਾਂ ਨੇ ਵੱਲੋਂ ਸ਼ੁਰੂ ਕੀਤਾ ਕੰਮ।